सत श्री अकाल जी, मैं ईशा शर्मा चढ़दी कला टाइम टीवी ते इस वेले दी वड्डी खबर। कांग्रेसी एमएलए सुखपाल सिंह खैरा नूं हाई कोर्ट दे वल्लों वड्डी राहत मिली है। जी हां, दस दईए एनडीपीएस एक्ट मामले दे विच सुखपाल खैरा नूं जमानत मिल गई है। जी हां, वड्डी खबर तुहाडे नाल सांझी कर रहे हां चढ़दी कला टाइम टीवी ते। हाई कोर्ट दे वल्लों सुखपाल खैरा नूं जमानत मिल गई है। 2015 दा इह मामला दस्सिया जा रहा है। सो इस संबंधी जानकारी देण दे लई मेरे नाल जुड़े ने मेरे सहयोगी अमरजीत सिंह। हां जी अमरजीत सिंह जी, की कहना चाहोगे जो आज सुखपाल खैरा नूं वड्डी राहत मिली है, हाई कोर्ट दे वल्लों जमानत मिल गई है। जी बिल्कुल, 2015 दा जिहड़ा पुराना मामला है, पलातो विधायक ने सुखपाल सिंह खैरा जिन्हां नूं जिहड़ी है ओह जमानत मिल चुकी है। पर बेशक चर्चावां चल रही सी कि सुखपाल सिंह खैरा जिहड़े ने ओह अपने घर वापसी कर सकदे ने, पर इस वेले दी वड्डी जिहड़ी खबर इक होर आ रही है सामने निकल के कि सुखपाल सिंह खैरा ते इक एफआईआर होर दर्ज हुई है, जिहदे विच सुभानपुर यानी कि सुभानपुर पुलिस वल्लों इक एफआईआर दर्ज हुई सी। उस दे संबंध विच ओहनूं जिहड़ा हुण दोबारा फिर मुड़ जिहड़ा जेल दे विच जाणा पवेगा। सो जमानत तां जरूर मिल चुकी है पंजाब हरियाणा हाई कोर्ट वल्लों, पर पुराना केस आ 2015 दा जिहदे विच पंजाब ते हरियाणा हाई कोर्ट ने इहनां नूं जिहड़ा जमानत दित्ती है। पहलां वी जिहड़ा 3 वार जिहड़ी है लगातार इहनां वल्लों अर्जी जिहड़ी है दायर कीती गई सी। जी बिल्कुल, तीजी बार जिहड़ी उहनां नूं जमानत मिली है 28 सितंबर नूं, इहनां नूं जाने कि उहनां दे घर ਤੋਂ ਜਿਹੜਾ ਇਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਸੀ। ਜਿਹਦੇ ਵਿੱਚ ਪੁਰਾਣਾ ਕੇਸ ਹੈ ਜਿਹਦੇ ਵਿੱਚ ਜਾਨ ਕਿ ਆਪਾਂ ਕਹਿ ਸਕਦੇ ਹਾਂ 9 ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਇਆ ਸੀ, ਜਿਹਦੇ ਵਿੱਚ ਖਾਸ ਤੌਰ ਤੇ ਕੁਝ ਹੈਰੋਇਨ ਪਿਸਟਲ ਅਤੇ ਪਾਕਿਸਤਾਨੀ ਜਿਹੜਾ ਸਿਮ ਹੈ ਉਹ ਬਰਾਮਦ ਹੋਇਆ ਸੀ। ਇਹ ਪੂਰਾ ਮਾਮਲੇ ਨੂੰ ਲੈ ਕੇ ਜਿਹੜਾ ਇਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਜਾਣਾ ਪਿਆ ਸੀ ਜੀ। ਤੇ ਦੂਜਾ ਮਾਮਲਾ ਕਿਹੜਾ ਸਰ ਜਿਹਦੇ ਵਿੱਚ ਮੁੜ ਤੋਂ ਉਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ? ਜੀ ਬਿਲਕੁਲ, ਸੁਭਾਨਪੁਰ ਪੁਲਿਸ ਵੱਲੋਂ ਇੱਕ ਜਿਹੜੀ ਐਫ ਆਰ ਆਈ ਆ ਉਹ ਖੋਈ ਹੈ, ਜਿਹਦੇ ਵਿੱਚ ਕੋਈ ਪੁਰਾਣਾ ਕੇਸ ਹੈ ਜਿਹਦੇ ਵਿੱਚ ਅਜੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਨਹੀਂ ਹੋ ਸਕੀ। ਪੂਰੀ ਜਾਣਕਾਰੀ ਹੈ, ਇਹੀ ਪਤਾ ਲੱਗੀ ਹੈ ਕਿ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹੈ ਉਹ ਸਾਂਝੀ ਪੋਸਟ ਕੀਤੀ ਹੈ, ਜਿਹਦੇ ਵਿੱਚ ਖਾਸ ਤੌਰ ਤੇ ਸਰਕਾਰ ਨੂੰ ਜਿਹੜਾ ਨਿਸ਼ਾਨੇ ਸਾਧਦੇ ਨੇ ਕਿਹਾ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਤਾਂ ਸਰਕਾਰ ਨੇ ਦੁਬਾਰਾ ਫਿਰ ਮੁੜ ਜਿਹੜਾ ਉਹ ਪੁਰਾਣਾ ਜਿਹੜਾ ਕੇਸ ਆ ਉਹ ਖੁਲਵਾ ਲਿੱਤਾ ਗਿਆ ਹੈ ਤੇ ਦੁਬਾਰਾ ਜਿਹੜਾ ਮੁੜ ਉਹ ਜੇਲ੍ਹ ਦੇ ਵਿੱਚ ਹੀ ਰਹਿ ਸਕਦੇ ਨੇ। ਜੀ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਮ ਨੂੰ 6 ਵਜੇ ਉਹਨਾਂ ਨੇ ਵਾਪਸ ਆਉਣਾ ਸੀ, ਜਾਨੀ ਕਿ ਜੇਲ੍ਹ ਚ ਪਨਾਪਾ ਦੀ ਜੇਲ੍ਹ ਦੇ ਵਿੱਚ ਉਹ ਬੰਦ ਨੇ ਕੱਲ, ਤਾਂ ਹੁਣ ਹੋ ਸਕਦਾ ਕਿ ਉਹ ਮੁੜ ਜਿਹੜਾ ਦੁਬਾਰਾ ਨਾ ਆਉਣ, ਤਾਂ ਪੁਲਿਸ ਜਿਹੜਾ ਮੌਕੇ ਤੇ ਉਹਨਾਂ ਨੂੰ ਅਰੈਸਟ ਕਰਕੇ ਦੁਬਾਰਾ ਮੁੜ ਜਿਹੜਾ ਉਹ ਜੇਲ੍ਹ ਦੇ ਵਿੱਚ ਜਾਣ। ਜੀ ਜਾਨੀ ਕਿ ਕਹਿ ਸਕਦੇ ਆ ਕਿ ਮੁਸ਼ਕਿਲਾਂ ਜਿਹੜੀਆਂ ਹੋਰ ਵੀ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਜੀ ਬਿਲਕੁਲ, ਮੁਸ਼ਕਿਲਾਂ ਬਿਲਕੁਲ ਵਧਦੀਆਂ ਨਜ਼ਰ ਆ ਰਹੀਆਂ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਜਿਹੜਾ ਲਗਾਤਾਰ ਪਹਿਲਾਂ ਵੀ ਜਿਹੜਾ ਵਿਰੋਧੀ ਧਿਰ ਦੇ ਵੱਲੋਂ ਜਿਹੜੀ ਆਪਣੀ ਭੂਮਿਕਾ ਜਿਹੜੀ ਅਦਾ ਕੀਤੀ ਹੈ ਸਰਕਾਰ ਦੇ ਵਿੱਚ, ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਇਹ ਸਾਂਝ ਹੋ ਗਈ ਭਗਵੰਤ ਮਾਨ ਦੇ ਨਾਲ, ਲੰਬਾ ਸਮਾਂ ਇਹਨਾਂ ਨੇ ਕੰਮ ਵੀ ਕੀਤਾ, ਤਾਂ ਉਸ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਦੂਰੀਆਂ ਨੇ ਉਹ ਲਗਾਤਾਰ ਵੱਧ ਗਈਆਂ ਸੀ, ਤਾਂ ਜਿਹੜੀ ਖਿੱਚੋ ਤਾਣਾ ਉਹ ਸਰਕਾਰ ਦੇ ਵਿੱਚ ਲਗਾਤਾਰ ਚੱਲਦੀ ਰਹੀ ਹੈ। ਤਾਂ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਦੇ ਪੇਜ ਦੇ ਉੱਪਰ ਜਿਹੜਾ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਜਿਹੜੀ ਸਰਕਾਰ ਆ ਉਹ ਰੰਜਿਸ਼ ਕੱਢ ਰਹੀ ਆ, ਪਰ ਜਿਹੜਾ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਤੇ ਜਿਹੜਾ ਸੱਚ ਆ ਉਹ ਸਾਹਮਣੇ ਆ ਜਾਵੇਗਾ। ਸਾਰੀ ਜਿਹੜੀ ਪੋਸਟ ਹੈ ਉਹਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਜਿਹੜੀ ਆ ਉਹ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿਉਂਕਿ ਇਹ ਬਹੁਤ ਪੁਰਾਣਾ, ਜਿਹੜਾ ਪਹਿਲੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਪੁਰਾਣਾ ਮਾਮਲਾ ਹੈ, ਜਿਹਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਜਿਹੜਾ ਇਹ ਕੁਛ ਨਸ਼ੇ ਮਾਮਲੇ ਨੂੰ ਲੈ ਕੇ, ਯਾਨੀ ਕਿ ਨਸ਼ੇ ਦੀ ਸਪਲਾਈ ਨੂੰ ਲੈ ਕੇ ਉਸ ਮਾਮਲੇ ਲੈ ਕੇ ਜਿਹੜਾ ਉਹ ਪੰਜਾਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ। ਹੁਣ ਦੇਖਣਾ ਹੋਵੇਗਾ ਕਿ ਅਗਲੇ ਵਾਰ ਜਿਹੜੀ ਇਹ ਪਟੀਸ਼ਨ ਦਾਇਰ ਕਰਦੇ ਨੇ ਜਾਂ ਕਿੰਨੇ ਸਮੇਂ ਤੋਂ ਬੰਦ ਸੀਗੇ ਨਾਭਾ ਦੀ ਜੇਲ੍ਹ ਦੇ ਵਿੱਚ ਸੁਖਪਾਲ ਖਹਿਰਾ। ਜੀ ਬਿਲਕੁਲ, ਜੇਕਰ ਗੱਲ ਕੀਤੀ ਜਾਵੇ 2015 ਦਾ ਮਾਮਲਾ, 28 ਸਤੰਬਰ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਜਿਹੜਾ ਭੇਜਿਆ ਗਿਆ ਸੀ, ਯਾਨੀ ਕਿ ਉਹਨਾਂ ਨੂੰ ਘਰੋਂ ਜਿਹੜਾ ਅਰੈਸਟ ਕਰ ਦਿੱਤਾ ਗਿਆ ਸੀ 28 ਸਤੰਬਰ ਤੋਂ ਲੈ ਕੇ, ਹੁਣ ਦੇਖ ਲਓ ਜਨਵਰੀ ਦਾ ਮਹੀਨਾ ਹੋ ਗਿਆ, ਨਵਾਂ ਸਾਲ ਚੜ ਚੁੱਕਾ, ਤਕਰੀਬਨ ਸਤੰਬਰ ਅਕਤੂਬਰ ਨਵੰਬਰ ਦਸੰਬਰ ਯਾਨੀ ਕਿ 7-8 ਮਹੀਨੇ ਤੇ ਸਮਾਂ ਹੋ ਚੁੱਕਿਆ ਜਿਹੜਾ ਜੇਲ੍ਹ ਦੇ ਅੰਦਰ ਜਿਹੜੇ ਨੇ ਉਹ ਲਗਾਤਾਰ ਬੰਦ ਨੇ। ਤਾਂ ਕਿਤੇ ਨਾ ਕਿਤੇ ਜਿਹੜਾ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਜਾਵੇ, ਕਿਉਂਕਿ ਲਗਾਤਾਰ ਜਿਹੜੇ ਉਹਨਾਂ ਨੂੰ ਮਿਲਣ ਵਾਸਤੇ ਆ ਰਹੇ ਸੀ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਜਿਹੜੇ ਕਾਂਗਰਸ ਰਾਜਾ ਵੜਿੰਗ ਵੀ ਗਏ ਸੀ, ਰਾਜਾ ਵੜਿੰਗ ਬਹੁਤ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਵੀ ਗਏ ਨੇ। ਤਾਂ ਹੁਣ ਕਿਉਂਕਿ ਇਹ ਇੱਕ ਅਜਿਹਾ ਚਿਹਰਾ ਸੁਖਪਾਲ ਸਿੰਘ ਖਹਿਰਾ ਜੋ ਹਮੇਸ਼ਾ ਹੀ ਜਿਹੜਾ ਬੇਬਾਕ ਹੋ ਕੇ ਜਿਹੜਾ ਨਿਤੜ ਹੋ ਕੇ ਜਿਹੜਾ ਬੋਲਦੇ ਨੇ, ਕਿਤੇ ਨਾ ਕਿਤੇ ਸਰਕਾਰ ਨੂੰ ਵੀ ਹੈ ਕਿ ਜੇਕਰ ਇਹ ਦੁਬਾਰਾ ਮੁੜ ਜਿਹੜਾ ਵਾਪਸ ਆਉਂਦੇ ਨੇ ਤਾਂ ਸਰਕਾਰ ਨੂੰ ਜਿਹੜਾ ਇਹ ਦੁਬਾਰਾ ਫਿਰ ਬੋਲਣਗੇ, ਤਾਂ ਕੋਈ ਨਾ ਕੋਈ ਜਿਹੜਾ ਪੁਰਾਣਾ ਕੇਸ ਹੈ ਇਸਦਾ। ਤੁਹਾਨੂੰ ਨਹੀਂ ਲੱਗਦਾ ਅਮਰਜੀਤ ਜੀ ਕਿ ਜਿਵੇਂ ਲੋਕ ਸਭਾ ਚੋਣਾਂ ਵੀ ਨਜ਼ਦੀਕ ਆ ਰਹੀਆਂ ਨੇ 2024 ਦੇ ਵਿੱਚ, ਕਿ ਇਸਦੇ ਚੱਲਦੇ ਇਹ ਜੋ ਪੁਰਾਣਾ ਮੁੜ ਤੋਂ ਕੇਸ ਹੈ ਉਹਨਾਂ ਦੇ ਪ੍ਰਤੀ ਫਿਰ ਤੋਂ ਖੋਲਿਆ ਗਿਆ ਤੇ ਫਿਰ ਉਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ?
जी बिल्कुल बिल्कुल, क्योंकि सरकार जिहड़ी मर्जी होण, इह कोई नहीं वड्डी गल नहीं, कोई आम आदमी पार्टी सरकार काम कर रही है। सरकार जदों भी कोई ना कोई सरकार आउंदी है तां अजिहे जिहड़े लीडर हुंदे जो सरकार दे अंगेस्ट बोलदे ने, जां फिर उहनां दी जिहड़ी है उहनां दे कीते होए कम्मां नूं जिहड़ा नहीं चाहुंदे, क्योंकि जिहड़ा सरकार जिहड़ा वादे करदी है दावे करदी है उह लोकां तक नहीं पहुंचदे, तां उसदी जिहड़ी पोल आ खोलदे ने, तां सरकार उहनां नूं चुप करन लई जिहड़े, क्योंकि उहनां हर इक जिहड़ा राजनीतिक पार्टियां दे उप्पर कोई ना कोई जिहड़ा है केस जरूर हुंदा है, तां उहनां दीआं फाइलां जिहड़ियां बंद ਹੁੰਦੀਆਂ ਨੇ ਉਹਨਾਂ ਨੂੰ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਇਸੇ ਤਰ੍ਹਾਂ ਦੀ ਫਾਈਲ ਉਹ ਅੱਜ ਖੋਲੀ ਗਈ ਹੈ, ਤਾਂ ਉਸ ਦਾ ਜਿਹੜਾ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਨਾਮ ਹੈ, ਉਸੇ ਇਲਾਕੇ ਦੀ ਜਿਹੜੀ ਇੱਕ ਫਾਈਲ ਆ ਉਹ ਖੋਲੀ ਹੈ, ਜਿਹਦੇ ਸੁਭਾਨਪੁਰ ਪੁਲਿਸ ਵੱਲੋਂ ਇੱਕ ਕੇਸ ਆ ਦਰਜ ਕੀਤਾ ਗਿਆ, ਤਾਂ ਜਦ ਕਿ ਪੁਰਾਣਾ ਕੇਸ ਹੋ ਸਕਦਾ ਹੈ, ਤਾਂ ਉਸ ਮਾਮਲੇ ਲੈ ਕੇ ਦੁਬਾਰਾ ਫਿਰ ਜਿਹੜਾ ਜੇਲ੍ਹ ਜਾ ਸਕਦੇ ਹਨ ਜੀ। ਤੇ ਇਸ ਮਸਲੇ ਸੰਬੰਧੀ ਕਿਸੇ ਕਾਂਗਰਸੀ ਲੀਡਰ ਦਾ ਕੋਈ ਬਿਆਨ ਸਾਹਮਣੇ ਆਇਆ? ਜੀ ਬਿਲਕੁਲ, ਬਸ ਹੁਣ ਕੀ ਚਰਚਾਵਾਂ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਹੁਣ ਜਿਹੜੀ ਨਵੀਂ ਅਪਡੇਟ ਆਈ ਹੈ, ਤਾਂ ਇਸ ਸੰਬੰਧ ਦੇ ਵਿੱਚ ਕਿਉਂਕਿ ਜਿਹੜੇ ਕਾਂਗਰਸ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਉਹਨਾਂ ਦੇ ਸਾਥੀ ਨੇ ਰਾਜਾ ਪ੍ਰਿੰਦਰ ਦੇ ਸਾਥੀ ਨੇ, ਤਾਂ ਇਹ ਆਪਣੇ ਆਪਣੇ ਪੱਧਰ ਤੇ ਜਿਹੜਾ ਉਹ ਬਿਆਨ ਹੁਣ ਲਗਾਤਾਰ ਜਾਰੀ ਕਰਨਗੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ, ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜਿਹੜਾ ਉਹ ਜਾਰੀ ਕਰ ਦੇਣਗੇ, ਜਿਹਦੇ ਰਾਹੀਂ ਜਿਹੜਾ ਮੀਡੀਆ ਉਹ ਨਸ਼ਰ ਕਰੇਗੀ। ਪਰ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਵੱਲੋਂ, ਕਿਉਂਕਿ ਹੁਣ ਕਾਂਗਰਸ ਵੀ ਜਿਹੜਾ ਦੋ ਧੜੇ ਦੇ ਵਿੱਚ ਵੰਡ ਚੁੱਕੀ ਹੈ, ਬਿਲਕੁਲ, ਸਿੱਧੂ ਧੜਾ ਆਪਣਾ ਅਲੱਗ ਜਿਹੜਾ ਉਹ ਆਪਣਾ ਜਿਹੜਾ ਆਪਣਾ ਧੜਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਆਪਣਾ ਜਿਹੜਾ ਧੜਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਤੁਸੀਂ ਰੋਜ਼ ਹੀ ਜਿਹੜਾ ਜਿਹੜੀਆਂ ਖਬਰਾਂ ਨੇ ਉਹ ਨਸ਼ਰ ਕਰ ਰਹੇ ਦੇਖ ਹੀ ਰਹੇ ਹੋ, ਕਿਉਂਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਦੀ ਗੱਲ ਕੀਤੀ ਜਾਵੇ, ਤਾਂ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਗਰੁੱਪ ਮਿਲਣ ਵਾਸਤੇ ਜਾਂਦਾ ਹੈ, ਪਰ ਸਿੱਧੂ ਗਰੁੱਪ ਜਿਹੜਾ ਉਹ ਅਜੇ ਤੱਕ ਨਹੀਂ ਮਿਲਣ ਵਾਸਤੇ ਗਿਆ, ਬਹੁਤ ਘੱਟ ਵਾਰੀ ਮਿਲਣ ਗਿਆ, ਪਰ ਕਿਤੇ ਨਾ ਕਿਤੇ ਜਿਹੜਾ ਇਹਦੇ ਵਿੱਚ ਦੋ ਫਾੜ ਜਿਹੜੇ ਨਜ਼ਰ ਆ ਰਹੇ ਨੇ, ਤਾਂ ਨੁਕਸਾਨ ਜਿਹੜਾ ਕਾਂਗਰਸ ਨੂੰ ਵੀ ਝੱਲਣਾ ਪੈ ਸਕਦਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ ਤਮਾਮ ਜਾਣਕਾਰੀ ਦੇਣ ਦੇ ਲਈ। ਸੋ ਇਸੇ ਮੇਰੇ ਸਹਿਯੋਗੀ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਇਸ ਮਸਲੇ ਸੰਬੰਧੀ ਜਾਣਕਾਰੀ ਦਿੱਤੀ ਹੈ, ਜਾਣੀ ਕਿ ਸੁਖਪਾਲ ਸਿੰਘ ਖਹਿਰਾ ਦੀਆਂ, ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਰਾਹਤ ਨਹੀਂ ਮਿਲੀ ਹੈ, ਕਿਉਂਕਿ ਜੋ ਪੁਰਾਣਾ ਕੇਸ ਹੈ ਉਹ ਵੀ ਉਹਨਾਂ ਦੇ ਪ੍ਰਤੀ ਖੋਲਿਆ ਗਿਆ, ਤੇ ਮੁੜ ਤੋਂ ਉਹਨਾਂ ਨੂੰ ਇੱਕ ਪੁਰਾਣੇ ਕੇਸ ਸੰਬੰਧੀ ਜੇਲ੍ਹ ਜਾਣਾ ਪੈ ਸਕਦਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਐਨਡੀਪੀਐਸ ਮਾਮਲੇ ਦੇ ਵਿੱਚ ਉਹਨਾਂ ਨੂੰ ਹਾਈ ਕੋਰਟ ਦੇ ਵੱਲੋਂ ਜ਼ਰੂਰ ਜ਼ਮਾਨਤ ਮਿਲ ਗਈ ਹੈ, ਪਰ ਇੱਕ ਹੋਰ ਪੁਰਾਣਾ ਕੇਸ ਜਿਸ ਦੇ ਚਲਦਿਆਂ ਉਹਨਾਂ ਨੂੰ ਮੁੜ ਤੋਂ ਜੇਲ੍ਹ ਜਾਣਾ ਪੈ ਸਕਦਾ ਹੈ। ਸੋ ਮੁਸ਼ਕਲਾਂ ਨੇ ਜਿਹੜੀਆਂ ਹੋਰ ਵੀ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸੋ ਹੁਣ ਦੇਖਣਾ ਹੋਵੇਗਾ ਇਸ ਮਸਲੇ ਸੰਬੰਧੀ ਕਿਸੇ ਕਾਂਗਰਸ ਦੇ ਉੱਚ ਲੀਡਰ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਸੰਬੰਧੀ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ। ਧੰਨਵਾਦ।